ਨਿੰਜਾ ਦੀ ਆਉਣ ਵਾਲੀ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ। ਜੀ ਹਾਂ, ਹਾਲ ਹੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਨਿੰਜਾ ਦੀ ਆਉਣ ਵਾਲੀ ਫਿਲਮ ਫੇਰ ਮਾਮਲਾ ਗੜਬੜ ਹੈ ਕਦੋਂ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ ਤੇ ਫਿਲਮ ਦੇ ਨਵੇਂ ਪੋਸਟਰ ਨੂੰ ਵੀ ਸਾਂਝਾ ਕੀਤਾ ਗਿਆ। ਇਸ ਫਿਲਮ ਦੇ ਪੋਸਟਰ ਦੇ ਵਿੱਚ ਅਸੀਂ ਨਿੰਜਾ, ਬੀ ਐਨ ਸ਼ਰਮਾ ਤੇ ਬਨਿੰਦਰ ਬਨੀ ਨੂੰ ਦੇਖ ਸਕਦੇ ਹਾਂ। ਵੈਲ, ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਕੁਝ ਡਿਫਰੈਂਟ ਕਿਰਦਾਰ ਨਿਭਾਉਣ ਵਾਲੇ ਨੇ, ਬੀ ਐਨ ਸ਼ਰਮਾ ਤੇ ਨਾਲ ਨਿੰਜਾ ਵੀ। ਨਿੰਜਾ ਦੀ ਲੁੱਕ ਵੀ ਕੁਝ ਸਮਾਂ ਪਹਿਲੇ ਰਿਲੀਜ਼ ਕਰ ਦਿੱਤੀ ਗਈ ਸੀ, ਲੇਕਿਨ ਹੁਣ ਬੀ ਐਨ ਸ਼ਰਮਾ ਦੀ ਲੁੱਕ ਵੀ ਰਿਵੀਲ ਕੀਤੀ ਗਈ ਹੈ ਤੇ ਨਾਲ ਹੀ ਅਸੀਂ ਵੇਖ ਸਕਦੇ ਹਾਂ ਕਿ ਬੀ ਐਨ ਸ਼ਰਮਾ ਸੂਟ ਪਾਏ ਹੋਏ ਨਜ਼ਰ ਆ ਰਹੇ ਨੇ। ਸੋ ਹੁਣ ਵੇਖਦੇ ਹਾਂ ਕਿ ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਹੈ, ਇਸ ਫਿਲਮ ਦੇ ਵਿੱਚ ਕੀ ਕੁਝ ਡਿਫਰੈਂਟ ਹੈ ਜੋ ਕਿ ਇਹਨਾਂ ਨੂੰ ਅਜਿਹੀਆਂ ਲੁੱਕਸ ਅਪਣਾਉਣੀਆਂ ਪੈ ਰਹੀਆਂ ਨੇ। ਸੋ ਹੁਣ ਵੇਖਦੇ ਹਾਂ ਕਿ ਇਸ ਫਿਲਮ ਦੇ ਵਿੱਚ ਇਹਨਾਂ ਕਿਰਦਾਰਾਂ ਦੇ ਨਾਲ ਕੀ ਕੁਝ ਹੁੰਦਾ ਤੇ ਉੱਥੇ ਹੀ ਹੁਣ ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਸਾਨੂੰ ਨਿੰਜਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਤੇ ਨਾਲ ਹੀ ਉਹਨਾਂ ਦਾ ਸਾਥ ਨਿਭਾ ਰਹੇ ਨੇ ਪ੍ਰੀਤ ਕਮਲ। ਦੱਸ ਦਈਏ ਕਿ ਇਸ ਫਿਲਮ ਦੇ ਜ਼ਰੀਏ ਉਪੇਸ਼ ਜੰਗਵਾਲ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ ਤੇ ਨਾਲ ਹੀ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਬੀ ਐਨ ਸ਼ਰਮਾ, ਜਸਵਿੰਦਰ ਭੱਲਾ, ਬਨਿੰਦਰ ਬਨੀ, ਭੂਮਿਕਾ ਸ਼ਰਮਾ ਤੇ ਗੁਰਪ੍ਰੀਤ ਪੰਗੂ ਤੇ ਰੋਜ਼ ਜੇ ਕੌਰ। ਇਸ ਲਈ ਇਹ ਵੀ ਦੱਸ ਦੀ ਕਿ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਕੁਮਾਰ ਅਜੇ ਦੇ ਵੱਲੋਂ ਤੇ ਸਕਰੀਨ ਪਲੇ ਨੂੰ ਲਿਖਣ ਦਾ ਕ੍ਰੈਡਿਟ ਵੀ ਕੁਮਾਰ ਅਜੇ ਨੂੰ ਜਾਂਦਾ। ਫਿਲਮ ਦੇ ਡਾਇਲੋਗ ਰਾਜੂ ਵਰਮਾ ਦੇ ਵੱਲੋਂ ਲਿਖੇ ਗਏ ਨੇ। ਉੱਥੇ ਹੀ ਹੁਣ ਜੇਕਰ ਇਸ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਸਾਗਰ ਕੁਮਾਰ ਸ਼ਰਮਾ ਦੇ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ। ਫੇਰ ਮਾਮਲਾ ਗੜਬੜ ਹੈ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਮੋਨਾ ਓਹਰੀ, ਵਿਜੇ ਕੁਮਾਰ, ਜਸਪ੍ਰੀਤ ਕੌਰ ਦੇ ਵੱਲੋਂ ਤੇ ਇਸ ਫਿਲਮ ਦੇ ਕੋ ਪ੍ਰੋਡਿਊਸਰ ਨੇ ਸੰਚਿਤ ਓਹਰੀ। ਦੱਸ ਦਈਏ ਕਿ ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਓਹਰੀ ਪ੍ਰੋਡਕਸ਼ਨਸ, ਬਰਮਿੰਗਮ ਵਿਜਨ ਫਿਲਮਸ ਐਂਡ ਰਾਇਲ ਪੰਜਾਬ ਫਿਲਮਸ, ਯਾਨੀ ਕਿ ਓਹਰੀ ਪ੍ਰੋਡਕਸ਼ਨਸ, ਬਰਮਿੰਗਮ ਵਿਜਨ ਫਿਲਮਸ ਐਂਡ ਰਾਇਲ ਪੰਜਾਬ ਫਿਲਮਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਹ ਫਿਲਮ ਫੇਰ ਮਾਮਲਾ ਗੜਬੜ ਹੈ। ਇਸ ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ ਓਹਰੀ ਪ੍ਰੋਡਕਸ਼ਨਸ ਦੇ ਵੱਲੋਂ। ਇਸ ਫਿਲਮ ਦੀ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਫਿਲਮ 29 ਮਾਰਚ 2024, ਯਾਨੀ ਕਿ ਅਗਲੇ ਮਹੀਨੇ 29 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਹੈ। ਸੋ ਕਿੰਨੇ ਐਕਸਾਈਟਿਡ ਹੋ ਇਸ ਫਿਲਮ ਲਈ, ਕਮੈਂਟ ਕਰਕੇ ਜ਼ਰੂਰ ਦੱਸੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।